ਤੁਸੀਂ ਖੁਸ਼ ਆ ਨਾ? ਮੈਂ ਖੁਸ਼ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਪਲੱਸ ਟੂ ਕਲਾਸ ਦਾ ਰਿਜ਼ਲਟ ਆ ਚੁੱਕਿਆ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਣੇ ਵੀ ਬਹੁਤ ਵਧੀਆ ਨੰਬਰ ਆ ਗਏ ਨੇ। 92% ਆਏ ਨੇ ਕਮਰਸ ਸਟਰੀਮ 'ਚੋਂ। ਅਤੇ ਮੈਂ ਫੈਮਿਲੀ 'ਚੋਂ ਕਿਸੇ ਨੂੰ ਵੀ ਹਜੇ ਦੱਸਿਆ ਨੀਗਾ, ਹਜੇ ਜਸਟ ਰਿਜ਼ਲਟ ਆਇਆ ਹੀ ਆ। ਅਤੇ ਆਪਾਂ ਰਿਐਕਸ਼ਨ ਚੈੱਕ ਕਰਦੇ ਹਾਂ ਸਾਰਿਆਂ ਦਾ, ਠੀਕ ਆ? ਅਤੇ ਚਲੋ ਕਰਦੇ ਹਾਂ ਵੀਡੀਓ ਸ਼ੁਰੂ, ਤਾਂ ਐਂਡ ਤੱਕ ਬਣੇ ਰਹੋ, ਠੀਕ ਆ ਵੀਡੀਓ 'ਚ, ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ। ਚਲੋ ਮਿੱਤਰੋ ਫਿਰ ਕਰਦੇ ਹਾਂ ਆਪਾਂ ਚੈੱਕ ਰਿਐਕਸ਼ਨ ਸਾਰਿਆਂ ਦਾ ਕੀ ਆ, ਠੀਕ ਆ? ਹਾਂਜੀ ਸਾਹਿਬ ਕਰਨ ਨੇ ਅੱਛਾ ਅੱਛਾ ਠੀਕ ਆ, ਵਧੀਆ। ਉਹ ਮੈਂ ਕਿਹਾ ਰਿਜ਼ਲਟ ਆ ਗਿਆ ਆਪਣਾ ਪਲੱਸ ਟੂ ਦਾ। ਕੀ ਬਣਿਆ? ਆ ਗਏ ਆ, ਠੀਕ ਆ ਨੰਬਰ। ਕਿੰਨੇ ਠੀਕ ਕਿੰਨੇ ਆ ਗਏ ਪਤਾ ਲੱਗੇ? 92% ਆ ਗਏ। ਰਿਜ਼ਲਟ ਆ ਗਿਆ? ਹਾਂ ਆ ਗਿਆ। ਕਿੰਨੇ ਨੰਬਰ ਆਏ? 92%। ਚੱਲ ਝੂਠਿਆ, ਸੱਚੀ 92 ਹੀ ਆਇਆ। ਆਹੋ ਯਾਰ ਇਹ ਪੁੱਛਿਆ ਸੀ 2-4% ਲਿਸਟ ਨੰਬਰ ਆ ਜਾਂਦੇ ਸੀ ਯਾਰ। 92% 92% ਨੰਬਰ ਥੋੜੇ ਨਹੀਂ ਹੁੰਦੇ। ਜਿੰਨਾ ਤੂੰ ਪੜ੍ਹਦਾ ਸੀ ਉਹਨੇ ਪਰਸੈਂਟ ਨੰਬਰ ਨਹੀਂ ਆਏ ਹੈਗੇ, ਤੇਰੇ ਚਾਹੀਦਾ ਹੀ 95-96। ਰਾਤ ਜਾਗ ਜਾਵੇ ਪੜ੍ਹਦਾ ਰਿਹਾ ਹੈ। 92% ਥੋੜੇ ਨੀਗੇ, ਬਹੁਤ ਨੰਬਰ ਨੇ। ਹੁਣ ਆਉਂਦੇ ਆਪਾਂ ਸੈਟੀਸਫਾਈਡ ਹੋਣਾ ਹੀ ਨੀਗਾ ਭਾਵੇਂ 99% ਆ ਜਾਂਦੇ। ਪਰ ਮੈਂ ਨਹੀਂ ਪੁੱਛਿਆ, ਠੀਕ ਆ ਯਾਰ ਮੈਂ ਸੈਟੀਸਫਾਈਡ ਆ ਯਾਰ 92% ਤੇ ਵੀ। ਤੁਸੀਂ ਖੁਸ਼ ਆ ਨਾ? ਮੈਂ ਖੁਸ਼ ਆ 92%, ਬਹੁਤ ਵਧੀਆ। ਥੈਂਕ ਯੂ ਥੈਂਕ ਯੂ। ਤੁਸੀਂ ਨਹੀਂ ਖੁਸ਼? ਨਹੀਂ ਮੈਂ ਨਹੀਂ ਖੁਸ਼। ਉਹ ਇੰਨੇ ਵੀ ਨਹੀਂ ਘੱਟ ਮੇਰੇ, 92 ਠੀਕ ਹੁੰਦੇ ਆ। ਹੋਰ ਮਿਹਨਤ ਕਰਦਾ ਤੇ ਕਿਤੇ ਟੌਪ ਕਰਦਾ। ਚਲੋ ਠੀਕ ਆ, ਕੋਈ ਨਹੀਂ, ਵਧਾਈਆਂ ਤੇ ਦੇ ਦਿਓ ਮੈਨੂੰ। ਮੇਰੇ ਮੈਰਿਜ ਵੀ ਹੋਣੇ ਆ, 92% ਮੈਰਿਜ ਵੀ ਹੁੰਦੇ ਆ। ਚਲ ਕੰਗ੍ਰੈਚੁਲੇਸ਼ਨ। ਪਰ ਮੈਂ ਖੁਸ਼ ਨਹੀਂ ਉਹਦਾ, ਤੈਨੂੰ ਕੰਗ੍ਰੈਚੁਲੇਸ਼ਨ। ਤੁਸੀਂ ਯਾਰ ਖੁਸ਼ ਹੀ ਨਹੀਂ ਹੋਣਾ, ਇੰਨੀ ਮਿਹਨਤ ਕੀਤੀ ਮੈਂ। ਜੇ 92% ਤੋਂ ਉੱਪਰ 99 ਵੀ ਆ ਜਾਂਦੇ ਨਾ ਤੂੰ ਮਾਂ ਹੈ ਤੂੰ ਫਿਰ ਵੀ ਨਹੀਂ ਖੁਸ਼ ਹੋਣਾ। ਤੂੰ ਕਹਿਣਾ ਸੀਗਾ 100% ਹੀ ਆਉਣਾ ਚਾਹੀਦਾ। ਚਲੋ ਮਿੱਤਰੋ ਹੁਣ ਰੱਬ ਦਾ ਰਿਐਕਸ਼ਨ ਚੈੱਕ ਕਰਦੇ ਹਾਂ ਆਪਾਂ। ਚੱਲੇ ਹਾਂ ਅੰਦਰ, ਦੇਖਦੇ ਹਾਂ ਕੀ ਕਹਿੰਦਾ। ਹਾਂ ਕੀ ਕਰਨ ਆ? ਕੀ ਕਰਦਾ? ਮੈਥ। ਠੀਕ ਆ, ਖੇਡ ਆਇਆ ਫਿਰ? ਠੀਕ ਆ, ਚੱਲ ਖੇਡ ਆਇਆ, ਤੂੰ ਟਾਈਮ ਪਾਸ ਕਰ ਆਇਆ। ਉਹ ਮੈਂ ਗਿਆ, ਰਿਜ਼ਲਟ ਆ ਗਿਆ ਫਿਰ ਮੇਰਾ, ਹਾਂ ਪਲੱਸ ਟੂ ਦਾ। ਬਸ ਇੰਨੀ ਕੀ ਆਈ ਹੈ ਜਿੰਨੀ ਤੂੰ ਸੁਪਨੇ ਲੈਣਾ ਲੈ ਆਉਂਦੀ। ਹਾਂ 92% ਘੱਟ ਆ, ਮੂੰਹ ਦੇਖ ਆਪਣਾ ਘੱਟ ਆ, ਕਹਿੰਦਾ ਸ਼ਰਮ ਨਹੀਂ ਆਉਂਦੀ ਤੈਨੂੰ ਆਪ ਤੇ ਰੱਸੀ ਨਹੀਂ ਟੱਪਦੇ ਤੇ ਮੇਰੇ 92 ਘੱਟ ਆ ਤੈਨੂੰ। ਟੋਪਰ ਆ ਮੈਂ, ਟੋਪਰ ਘੱਟ ਆ ਘੱਟ ਆ, ਠੀਕ ਆ ਭਰਾਵਾ। ਯਾਰ ਮਿਹਨਤ ਕੀਤੀ ਸੀ ਘੱਟ, ਮਿਹਨਤ ਆ ਗਿਆ ਤੇਰੇ ਪਾਰਟੀ ਦੇ ਪੀਆਰ ਆ। ਹੁਣ ਪਾਰਟੀ ਕਰ ਲਾਂਗੇ, ਮੰਗਾਏ ਆ ਮੈਂ 2-2 ਸਮੋਸੇ ਮੰਗਾਏ ਆ ਮੈਂ। ਬੜੇ ਪਰਸੈਂਟ ਲੈ ਕੇ ਸਮੋਸੇ ਭਰਾਵਾ, ਇਹ ਤਾਂ ਮੋਦਾ ਖਾਣਾ ਤੇ ਦਿਨ ਬਾਅਦ ਤੂੰ ਬਣਵੇ ਸਮੋਸੇ ਖਵਾਉਣਾ ਪਿਆ। ਚੱਲ ਕੋਈ ਨਹੀਂ ਖਵਾ ਦਾਂਗੇ, ਮੰਮਾ ਬਣ ਦੱਸ। ਹਾਂਜੀ ਪ੍ਰਭ ਦਾ ਪਰ ਚੈੱਕ ਕਰ ਲਿਆ ਰਿਐਕਸ਼ਨ ਆਪਾਂ, ਹੁਣ ਆਪਣੇ ਗ੍ਰੈਂਡ ਪੇਰੈਂਟਸ ਦਾ ਚੈੱਕ ਕਰਦੇ ਰਿਐਕਸ਼ਨ ਕੀ ਉਹ ਕਹਿੰਦੇ ਆ। ਹਾਂਜੀ ਨੰਬਰ ਆ ਗਏ, ਮੈਂ ਕਿਹਾ ਪਲੱਸ ਟੂ ਦੇ ਫਿਰ ਬਸ 92% ਆ ਗਈ ਆ। ਸੱਚੀ ਆ ਗਏ ਆ, ਬਹੁਤ ਆ, ਇੰਨੇ ਕੀ ਕਰਨੇ ਆ, 92% ਥੋੜੇ ਆਉਂਦੇ ਆ। ਸੱਚੀ 92 ਆਏ ਆ, ਲੈ ਤਾਂ ਯਕੀਨ ਨਹੀਂ ਹੁੰਦਾ 92 ਆਏ, ਇਹਨੂੰ ਪੁੱਛ ਲਓ। ਉਹ ਨਹੀਂ ਬਹੁਤ ਆ, ਚਲ ਤੁਸੀਂ ਆਈਫੋਨ ਲੈ ਕੇ ਦਿਓ ਮੈਨੂੰ, ਆ ਗਏ 90 ਗਿਆ ਸੀ ਤੁਸੀਂ, ਮੈਂ 92 ਲੈ ਆਉਂਦੇ ਆ। ਆਹੋ ਉਹ ਤਾਂ ਮੈਨੂੰ ਪਤਾ, ਲੈ ਤਾ ਸੀ, ਯਕੀਨ ਹੀ ਬਹੁਤ ਤੁਹਾਨੂੰ ਮੇਰੇ ਆ ਜਾਣੇ। ਚਲੋ ਇਹਨੂੰ ਲੈ ਦਿਓ, ਹੁਣ ਮੇਰੇ ਨੰਬਰ ਆ ਗਏ, ਇਹਨੂੰ ਲੈ ਦਿਓ। ਪਾਰਟੀ ਤੁਸੀਂ ਕਰੋ, ਮੈਨੂੰ ਵੀ ਆਉਂਦਾ, ਮੈਂ ਆਪ ਗਰੀਬ ਬੰਦਾ। ਗਰੀਬ ਕਿਉਂ?
ਮਿਲ ਜਾਣ ਮੁਬਾਰਕਾਂ ਬਹੁਤ ਸਾਰੀਆਂ ਹਾਂਜੀ ਸਭ ਦਾ ਪ੍ਰੀਐਕਸ਼ਨ ਚੈੱਕ ਕਰ ਲਿਆ ਆ ਤੇ ਮੋਸਟਲੀ ਸਾਰੇ ਇਹੀ ਕਹਿਣਦੇ ਆ ਕਿ ਨੰਬਰ ਘੱਟ ਆ ਤੇ ਸਿਰਫ ਪਾਪਾ ਹੀ ਆ ਜਿਹੜੇ ਕਹਿਣਦੇ ਸੀਗੇ ਕਿ ਠੀਕ ਆ ਸੈਟੀਸਫਾਈ ਆ ਜਿੰਨੇ ਵੀ ਨੰਬਰ ਆਏ ਆ ਤੇਰੇ ਤੇ ਵੈਲ ਪਰਸਨਲੀ ਤਾਂ ਮੈਂ ਵੀ ਇਹੀ ਕਹਿੰਦਾ ਕਿ ਮੈਂ ਤਾਂ ਆਪ ਸੈਟੀਸਫਾਈ ਹਾਂ ਜਿੰਨੇ ਆ ਬੰਦਾ ਤੇ ਰੱਜਦਾ ਹੀ ਨਹੀਂ ਆ ਜਿੰਨੀ ਕੁ ਮਿਹਨਤ ਕੀਤੀ ਸੀ ਠੀਕ ਆ ਪਰਮਾਤਮਾ ਦੇਣ ਵਾਲਾ ਬਹੁਤ ਵਧੀਆ ਨੰਬਰ ਆ ਗਏ ਆ ਤੇ ਜੇ ਕਿਸੇ ਮੇਰੇ ਵੀਰ ਭੈਣ ਨੂੰ ਨਾਜ਼ਕੀਨ ਹੋਵੇ ਕਿ ਇੰਨੇ ਨੰਬਰ ਆਏ ਆ ਤੇ ਮੈਨੂੰ DM ਕਰ ਲਿਓ ਮੈਂ ਨੰਬਰ ਭੇਜ ਦੂੰਗਾ ਤੇ ਬਾਕੀ ਇਹੀ ਸੀ ਅੱਜ ਦਾ ਆਪਣਾ ਵਲੌਗ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸੱਚੀ ਨੰਬਰ ਘੱਟ ਆ ਜਾਂ ਬਹੁਤ ਵਧੀਆ ਆ ਠੀਕ ਆ ਤੁਸੀਂ ਆਪਣੇ ਥੱਲੇ ਕਮੈਂਟ 'ਚ ਜ਼ਰੂਰ ਦੱਸਣੇ ਆ ਕਿ ਨੰਬਰ ਠੀਕ ਆ ਜਾਂ ਘੱਟ ਆ ਜਾਂ ਜੋ ਵੀ ਆ ਤੁਹਾਡੀ ਸੁਜੈਸ਼ਨ ਤੇ ਜਲਦੀ ਮਿਲਦੇ ਹਾਂ ਆਪਾਂ ਅਗਲੇ ਵਲੌਗ 'ਚ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਠੀਕ ਆ ਮਿਲਦੇ ਹਾਂ ਆਪਾਂ ਜਲਦੀ।